ਫਾਜ਼ਿਲਕਾ ਦੇ ਐਸਐਸਪੀ ਭੁਪਿੰਦਰ ਸਿੰਘ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਲਗਾਇਆ ਗਿਆ ਜਨਤਾ ਦਰਬਾਰ। ਸੁਣੀਆਂ ਜਨਤਾ ਦੀਆਂ ਸਮੱਸਿਆਵਾਂ, ਮੌਕੇ ਤੇ ਹੀ ਕੀਤਾ ਜਾ ਰਿਹਾ ਹੱਲ। ਫਾਜ਼ਿਲਕਾ ਦੇ ਐਸਐਸਪੀ ਭੁਪਿੰਦਰ ਸਿੰਘ ਵੱਲੋਂ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਰਿਹਾ ਹੈ। ਲੋਕਾਂ ਦੀਆਂ ਸ਼ਿਕਾਇਤਾਂ ਉਹਨਾਂ ਵੱਲੋਂ ਜਨਤਾ ਦਰਬਾਰ ਲਗਾ ਕੇ ਸੁਣੀਆਂ ਜਾ ਰਹੀਆਂ ਹੈ। ਫਾਜ਼ਿਲਕਾ ਦੇ ਐਸਐਸਪੀ ਦਫ਼ਤਰ ਦੇ ਵਿੱਚ ਐਸਐਸਪੀ ਭੁਪਿੰਦਰ ਸਿੰਘ ਵੱਲੋਂ ਜਨਤਾ ਦਰਬਾਰ ਲਗਾਇਆ ਜਾ ਰਿਹਾ ਹੈ। ਉਹਨਾਂ ਵੱਲੋਂ ਅੱਜ ਇੱਥੇ ਜਨਤਾ ਦਰਬਾਰ ਲਗਾ ਕੇ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਉਹਨਾਂ ਦਾ ਮੌਕੇ 'ਤੇ ਹੱਲ ਵੀ ਕਰਨ ਦਾ ਪ੍ਰਯਾਸ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਐਸਐਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਜਨਤਾ ਨੂੰ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ 'ਤੇ ਹੀ ਉਹਨਾਂ ਦਾ ਹੱਲ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੇ ਵਿੱਚ ਕਿਸੇ ਤਰ੍ਹਾਂ ਦਾ ਕ੍ਰਾਈਮ ਰਹਿਣ ਨਹੀਂ ਦਿੱਤਾ ਜਾਏਗਾ ਅਤੇ ਕ੍ਰਾਈਮ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤੀ ਦੇ ਨਾਲ ਪੇਸ਼ ਆਇਆ ਜਾਏਗਾ। ਉਹਨਾਂ ਨੇ ਕਿਹਾ ਕਿ ਨਸ਼ੇ ਦਾ ਕਾਰੋਬਾਰ ਬੰਦ ਕਰਵਾਇਆ ਜਾਏਗਾ ਅਤੇ ਚੋਰੀ ਚਕਾਰੀ ਦੀਆਂ ਘਟਨਾਵਾਂ 'ਤੇ ਵੀ ਅੰਕੁਸ਼ ਲਗਾਇਆ ਜਾ ਰਿਹਾ ਹੈ। ਸਰ, ਕਿਸ ਤਰ੍ਹਾਂ ਦਾ ਸਰ ਜਨਤਾ ਦਰਬਾਰ ਲਾਇਆ ਗਿਆ? ਅਕਸਰ ਦੇਖਿਆ ਜਾਂਦਾ ਹੈ ਵੀ ਦਫ਼ਤਰਾਂ ਦੇ ਅੰਦਰ ਹੀ ਬੁਲਾਇਆ ਜਾਂਦਾ ਹੈ, ਪਰ ਤੁਸੀਂ ਸਰ ਆਪ ਦਫ਼ਤਰ ਤੋਂ ਉੱਠ ਕੇ ਬਾਹਰ ਆ ਗਏ ਜੇ, ਇਹ ਕੀ ਕਾਰਨ ਬਣ ਸਕਦਾ ਸਰ? ਇਹ ਤਾਂ ਜੀ ਕਨਵੀਨੀਅੰਸ ਹੈ, ਮਤਲਬ ਜਿਹੜੇ ਦਰਖਾਸਤੀ ਆਉਂਦੇ ਆ, ਲੋਕਾਂ ਨੂੰ ਦੁੱਖ ਤਕਲੀਫ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਵੇਟ ਨਾ ਕਰਨਾ ਪਵੇ, ਅਤੇ ਮੇਰੇ ਸਾਹਮਣੇ ਬੈਠੇ ਜੇ ਵੇਟ ਵੀ ਕਰ ਲੈਣਗੇ, ਉਹਨਾਂ ਨੂੰ ਪਤਾ ਹੁੰਦਾ ਵੀ ਨੈਕਸਟ ਜਿਹੜੇ ਤੁਹਾਡੇ ਬੈਠੇ ਉਹਨਾਂ ਦੀ ਨੈਕਸਟ ਵਾਰੀ ਆਉਣੀ ਜੋ ਉਸ ਤੋਂ ਅਗਲੀ ਵਾਰੀ ਆਉਣੀ ਹੈ, ਉਹਨਾਂ ਸਾਰਿਆਂ ਦੇ ਸਾਹਮਣੇ ਬੈਠ ਕੇ ਉਹਨਾਂ ਦੁੱਖ ਤਕਲੀਫਾਂ ਸੁਣੀ ਦੀਆਂ, ਅਤੇ ਇਹ ਉਹਨਾਂ ਦੀ ਵੀ ਕਨਵੀਨੀਅੰਸ ਹੈ, ਮੇਰੀ ਵੀ ਐਡਮਿਨਿਸਟ੍ਰੇਟਿਵ ਕਨਵੀਨੀਅੰਸ ਵੀ ਹੈ ਸਾਨੂੰ, ਮਤਲਬ ਜਦੋਂ ਹੀ ਤਾਂ ਕਿ ਉਹਨਾਂ ਨੂੰ ਆਮ ਪਬਲਿਕ ਨੂੰ ਵੇਟ ਨਾ ਕਰਨਾ ਪਵੇ। ਇਹ ਸਰ ਕਿੰਨੇ ਕੁ ਲੋਕ ਸਵੇਰ ਤੋਂ ਸ਼ਾਮ ਤੱਕ ਤੁਹਾਡੇ ਕੋਲ ਕੰਪਲੇਂਟ ਲੈ ਕੇ ਆਉਂਦੇ ਨੇ? ਕਾਫੀ ਹੈ, ਕਾਫੀ ਮੰਨ ਸਕਦਾ 100 ਤੋਂ ਉੱਪਰ ਆ ਜਾਂਦੇ? ਹਾਂ, ਇਸ ਤੋਂ ਵਧੀਆ, ਇਸ ਤੋਂ ਵੱਧ ਆ ਜਾਂਦਾ। ਇਹ ਸਰ ਕਿਹੜੀ ਕਿਹੜੀ ਕੰਪਲੇਂਟਾਂ ਜ਼ਿਆਦਾ ਆਪਣੇ ਕੋਲ ਆਉਂਦੀਆਂ? ਹਰ ਤਰ੍ਹਾਂ ਦੀ ਜੀ, ਘਰੇਲੂ ਜਿਹੜੇ ਇਹਨਾਂ ਦੇ ਝਗੜੇ ਵੀ ਹੈ, ਕੋਈ ਪ੍ਰੋਪਰਟੀ ਦੇ ਝਗੜੇ ਹੈ, ਕੋਈ ਹੋਰ ਤਰ੍ਹਾਂ ਦੇ ਜਿਹੜੇ ਕੋਈ ਕਿਸੇ ਨਾਲ ਕ੍ਰਾਈਮ ਹੋਇਆ ਹੁੰਦਾ, ਕੋਈ ਹਰ ਤਰ੍ਹਾਂ ਦੇ ਝਗੜੇ, ਹਰ ਤਰ੍ਹਾਂ ਦੇ ਝਗੜੇ, ਡੋਮੈਸਟਿਕ ਵਾਇਲੈਂਸ ਦੀਆਂ ਵੀ ਹੈ, ਡੋਮੈਸਟਿਕ ਝਗੜੇ ਵੀ ਹੈ, ਜਿਹੜੇ ਪਤੀ ਪਤਨੀ ਦੇ ਝਗੜੇ, ਉਹ ਵੀ ਕਾਫੀ ਕੰਪਲੇਂਟਸ ਆ। ਕੀ ਮੈਸੇਜ ਸਰ ਦੇਣਾ ਚਾਹੋਗੇ ਜਨਤਾ ਨੂੰ, ਸੰਦੇਸ਼ ਦੇਣਾ ਚਾਹੋਗੇ? ਜਦੋਂ ਸੰਦੇਸ਼ ਇਹੀ ਦੇਣਾ ਚਾਹੁੰਦਾ ਜੀ ਵੀ ਜਿਹੜੇ ਮੈਂ ਉਹਨਾਂ ਸਰਪੰਚ ਪੰਚ ਅਤੇ ਜਿਹੜੇ ਜਿਵੇਂ ਸ਼ਹਿਰਾਂ ਦੇ ਵਿੱਚ ਜਿਹੜੇ MC ਹੈ, ਮੈਂ ਉਹਨਾਂ ਨੂੰ ਓਨਰ ਕਰੂੰਗਾ ਜਿਨ੍ਹਾਂ ਦੀ ਮੇਰੇ ਕੋਲ ਸਭ ਤੋਂ ਘੱਟ ਕੰਪਲੇਂਟਸ ਆਉਂਦੀਆਂ, ਅਤੇ ਆਪਣੇ ਮਸਲੇ ਉਹ ਆਪਣੇ ਹੀ ਏਰੀਏ ਦੇ ਵਿੱਚ ਹੱਲ ਕਰ ਲੈਂਦੇ ਆਪਸੀ ਗੱਲਬਾਤ ਰਾਹੀਂ, ਅਤੇ ਮੈਂ ਆਉਂਦੇ ਦਿਨਾਂ ਦੇ ਵਿੱਚ ਉਹ ਮੈਂ ਲਿਸਟ ਤਿਆਰ ਕਰ ਰਿਹਾ ਜਿੱਥੋਂ ਸਾਡੇ ਕੋਲ ਘੱਟ ਤੋਂ ਘੱਟ ਕੰਪਲੇਂਟਸ ਆਉਂਦੀਆਂ, ਅਤੇ ਉੱਥੇ ਹੀ ਮਸਲੇ ਹੱਲ ਕੀਤੇ ਜਾਂਦੇ ਆ, ਉਹਨਾਂ ਨੂੰ ਓਨਰ ਕੀਤਾ ਜਾਊ। ਇੱਕ ਸਰ CM ਸਾਹਿਬ ਨੇ ਇੱਕ ਗੱਲ ਕਹੀ ਸੀ ਜਿਹਦੇ 'ਚ ਨਸ਼ਾ ਵੇਚਣ ਦੀ ਗੱਲ ਕਹੀ ਗਈ ਸੀ, ਜਿਹਨੇ ਕਿਹਾ ਸੀਗਾ ਵੀ ਜ਼ਿਲ੍ਹੇ ਦੇ SSP ਸਾਹਿਬ ਅਤੇ ਥਾਣਾ ਸਿਟੀ ਦੇ SHO ਜ਼ਿੰਮੇਵਾਰ ਹੋਣਾ ਜੇ ਨਸ਼ਾ ਵਿਕੇਗਾ, ਅਤੇ ਕੀ ਸਰ ਤੁਸੀਂ ਹਦਾਇਤਾਂ ਦੇਣਾ ਚਾਹੁੰਦੇ ਹੋ ਜੋ ਲੋਕ ਨਸ਼ਾ ਵੇਚਦੇ ਹਜੇ ਵੀ ਜਿਨ੍ਹਾਂ ਨੇ ਬੰਦ ਕੀਤਾ ਹੋਣਾ? ਨਸ਼ੇ ਦੇ ਖਿਲਾਫ਼ ਅਸੀਂ ਪੂਰੀ ਮੁਹਿੰਮ ਚਲਾਈ ਹੋਈ ਹੈ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ, ਨਾ ਹੀ ਬਖਸ਼ਿਆ ਜਾਊਗਾ, ਅਤੇ ਮੇਰੀ ਇਹੀ ਹੈ ਵੀ ਆਪਣਾ ਨਸ਼ਾ ਵੇਚਣਾ ਜਾਂ ਜਿਹੜੇ ਡਰੱਗ ਪੈਡਲਰ ਆ ਉਹ ਛੱਡਣ, ਨਹੀਂ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਊਗੀ, ਅਤੇ ਪਲੱਸ ਜਿਹੜੇ ਕੋਈ ਨਸ਼ਾ ਕਰਦੇ ਵੀ ਆ ਉਹ ਸਾਨੂੰ ਮਿਲਣ, ਅਸੀਂ ਉਹਨਾਂ ਨੂੰ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਵਗੈਰਾ ਕਰਾ ਸਕਦੇ, ਅਤੇ ਸਰਕਾਰ ਵੱਲੋਂ ਜਿਹੜੇ ਨਸ਼ਾ ਛੁਡਾਊ ਕੇਂਦਰ ਕੋਰਟ ਕਲੀਨਿਕਸ ਵਗੈਰਾ ਖੁੱਲ੍ਹੇ ਹੋਏ ਆ ਉਹਦੇ ਵਿੱਚੋਂ ਆਪਣਾ ਜਿਹੜਾ ਨਸ਼ਾ ਕਰਦੇ ਆ ਇਸ ਬਿਮਾਰੀ ਦੇ ਵਿੱਚ ਗ੍ਰਸਤ ਹੋ ਕੇ ਉਹ ਆਪਣਾ ਇਲਾਜ ਕਰਾਉਣ, ਅਤੇ ਅਸੀਂ ਵੀ ਉਹਨਾਂ ਦੀ ਮਦਦ ਕਰਾਂ। ਇਹ ਸ਼ਹਿਰ 'ਚ ਚੋਰੀਆਂ ਬੜੀ ਵੱਧ ਗਈਆਂ, ਪਰ ਪੁਲਿਸ ਨੇ ਮੁਲਜ਼ਮ ਜਿਹੜੇ ਦੋਸ਼ੀ ਬੜੇ ਫੜੇ ਨੇ, ਅਤੇ ਸਰ ਹੁਣ ਕਿੰਨੇ ਕੁ ਦੋਸ਼ੀ ਜਦੋਂ ਦਾ ਤੁਸੀਂ ਆਏ ਹੋ ਸਰ, ਕਿੰਨੇ ਕੁ ਅੰਦਾਜ਼ਾ ਲਾਇਆ ਜਾ ਸਕਦਾ ਕਿੰਨੇ ਕੁ ਚੋਰ? ਲਗਾਤਾਰ ਹੀ ਜੀ ਅਸੀਂ ਫੜ ਰਹੇ ਹਾਂ, ਮੇਰੇ ਕੋਲ ਐਗਜੈਕਟ ਫਿਗਰਸ ਤਾਂ ਨਹੀਂ ਹੈ, ਪਰ ਕਰੀਬ ਅਸੀਂ 60 ਦੇ ਕਰੀਬ ਤਾਂ ਮੋਟਰਸਾਈਕਲ ਹੀ ਚੋਰੀ ਦੇ ਫੜ ਲਏ ਆ ਜੀ ਸਵਾ ਮਹੀਨੇ ਦੇ ਵਿੱਚ, ਅਤੇ ਬਾਕੀ ਕਾਫੀ ਚੀਜ਼ਾਂ ਚੋਰੀਆਂ ਹੋਣੀ। ਕੱਲ੍ਹ ਵੀ ਅਸੀਂ ਕੇਸ ਰਜਿਸਟਰ ਕੀਤਾ ਜਿੱਥੇ ਜਿਹੜੇ ਚੋਰੀ ਦੇ ਮੋਬਾਈਲ ਜਾਂ ਖੋਹਦੇ ਸੀ ਜਾਂ ਚੋਰੀ ਕਰਦੇ ਸੀ ਉਹ ਵੀ ਇੱਕ ਗੈਂਗ ਫੜਿਆ, ਮੋਬਾਈਲਸ ਰਿਕਵਰ ਹੋਏ ਆ, ਅਤੇ ਬਾਕੀ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਸੰਭਾਵਨਾ। ਇਸੇ ਤਰ੍ਹਾਂ ਆਪਣੇ ਹੋਰ ਦੇ ਵਿੱਚ ਵੀ ਕਾਫੀ ਜਿਹੜੇ ਚੋਰ ਅਸੀਂ ਪਿਛਲੇ ਦਿਨਾਂ ਦੇ ਵਿੱਚ ਫੜੇ ਆ ਜਿਹਨਾਂ ਨੂੰ ਕਾਫੀ ਰਿਕਵਰੀ ਹੋਈ।